ਤੁਹਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਘੰਟੀ ਵਾਲੇ ਬਟਨ ਤੇ ਵੀ ਕਲਿੱਕ ਕਰ ਦੇਣਾ ਧੰਨਵਾਦ ਸਸਤੀ ਗੱਲ ਦੋਸਤੋ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਜੇ ਰੋ ਚੁੱਕੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਅੱਜ ਦੇ ਕਬੱਡੀ ਕੱਪਾਂ ਬਾਰੇ ਤੇ ਤੁਹਾਨੂੰ ਕੁਝ ਕੁ ਪਲੇਅਰਾਂ ਬਾਰੇ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਪਲੇਅਰ ਇੱਥੇ ਅੱਜ ਖੇਡਣਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰ ਲੈਨੇ ਆ ਦੋਸਤੋ ਅੱਜ ਦਾ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਥਾਲੀਵਾਲ ਬੇੜ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇੱਕ ਰਵਾਇਆ ਜਾ ਰਿਹਾ ਹੈ ਅਤੇ ਇੱਥੇ ਦੋਸਤੋ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿਸ ਵਿੱਚ ਆਲ ਓਪਨ ਦੇ ਪਲੇਅਰ ਖੇਡਣਗੇ ਅਤੇ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਅਤੇ ਇੱਥੇ ਵੀ ਦੋਸਤੋ ਵੱਡੇ ਪਲੇਅਰ ਪੁੱਜਣ ਜਾ ਰਹੇ ਹਨ ਜੇਕਰ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਦੀ ਕਬੱਡੀ 365 ਤੇ ਇਸ ਦਾ ਲਾਈਵ ਦੇਖ ਸਕਦੇ ਹੋ ਤੇ ਇੱਥੇ ਵੱਡੇ ਪਲੇਅਰ ਖੇਡਣਗੇ ਦੋਸਤੋ ਅਗਲਾ ਕਬੱਡੀ ਕੱਪ ਜੋ ਹੈ ਫਰੰਦੀਪੁਰ ਦੇ ਵਿੱਚ ਹੋਣ ਜਾ ਰਿਹਾ ਹੈ ਦਰਨਦਾਰਨ ਦੇ ਵਿੱਚ ਇਹ ਕਬੱਡੀ ਕੱਪ ਕਰਵਾਇਆ ਜਾਵੇਗਾ ਜੇਕਰ ਇਨਾਮਾਂ ਦੀ ਗੱਲ ਕਰੀਏ ਤਾਂ ਇਨਾਮਾਂ ਦੀ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਤੇ ਆਲ ਓਪਨ ਦੇ ਇੱਥੇ ਦੋਸਤੋਂ ਮੈਚ ਕਰਵਾਏ ਜਾਣਗੇ ਜੇਕਰ ਲਾਈਵ ਦੀ ਗੱਲ ਕਰੀਏ ਤਾਂ ਤੁਸੀਂ ਲਾਈਵ ਇਸ ਦਾ ਪੰਜਾਬ ਲਾਈਵ 1.com ਦੇ ਜ਼ਰੀਏ ਵੀ ਦੇਖ ਸਕਦੇ ਹੋ ਤੇ ਇੱਥੇ ਵੀ ਦੋਸਤੋਂ ਵੱਡੇ ਪਲੇਅਰ ਜਿਵੇਂ ਕਿ ਗੋਪੀ ਫਰੰਦੀਪੁਰ ਪ੍ਰੀਤ ਲੱਧੂ ਵਾਲਾ ਹੋਰ ਵੀ ਵੱਡੇ ਪਲੇਅਰ ਇਸ ਵਿੱਚ ਟੀਮਾਂ ਵਿੱਚ ਖੇਡਣਗੇ ਅਗਲਾ ਕਬੱਡੀ ਕੱਪ ਹੈ ਅੱਜ ਦੇ ਦਿਨ ਦਾ ਸਭ ਤੋਂ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ 6 ਅਤੇ 7 ਅਕਤੂਬਰ ਮਹਿਲੋਦੀਨਪੁਰ ਗਾਜੀ ਲੰਡੇ ਦੇ ਵਿੱਚ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਮੁਕੇਰੀਆਂ ਹੁਸ਼ਿਆਰ ਪਰ ਵਿਖੇ ਵੀ ਇਹ ਕਬੱਡੀ ਕੱਪ ਨਜ਼ਦੀਕ ਹੈ ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਓਪਨ ਦਾ ਪਹਿਲਾ ਇਨਾਮ ਦੀ ਗੱਲ ਕਰੀਏ ਤਾਂ ਇਨਾਮ 71000 ਅਤੇ ਦੂਜਾ ਇਨਾਮ 51000 ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਇੱਥੇ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ ਜਾਵੇਗਾ। ਅਤੇ ਜੇਕਰ ਦੋਸਤੋ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਇਸ ਦਾ ਕਬੱਡੀ365.com ਦੇ ਅਫੀਸ਼ੀਅਲ YouTube ਚੈਨਲ ਤੇ ਲਾਈਵ ਚੱਲੇਗਾ। ਜੇਕਰ ਦੋਸਤੋ ਹੋਰ ਪਲੇਅਰਾਂ ਦੀ ਗੱਲ ਕਰੀਏ, ਪਲੇਅਰਾਂ ਤੇ ਟੀਮਾਂ ਦੀ ਗੱਲ ਕਰੀਏ ਤਾਂ ਟੀਮਾਂ ਤੇ ਪਲੇਅਰ ਇੱਥੇ ਦੋਸਤੋ ਕਾਲਾ ਧੂਰਕੋਟ ਫਦੇਗੜਾ ਛੰਨਾ ਦੀ ਟੀਮ ਦੇ ਵਿੱਚ ਖੇਡਣ ਜਾ ਰਿਹਾ ਹੈ ਇੱਥੇ ਦੋਸਤੋ ਤੇ ਦੜਬੇ ਮੰਡੀ ਦੀ ਟੀਮ ਵਿੱਚ ਸੰਦੀਪ ਲੋਧਰ ਇਹ ਪੁੱਜਣ ਜਾ ਰਿਹਾ ਹੈ ਤੇ ਰਵੀ ਦਿਉਰਾ ਹਰਿਆਣੇ ਦੀ ਟੀਮ ਵਿੱਚ ਖੇਡੇਗਾ ਤੇ ਫਰਿਆਦ ਸ਼ਗਰਪੁਰ ਹੁਣੀ ਆਪਣੀ ਟੀਮ ਲੈ ਕੇ ਪੁੱਜਣਗੇ ਤੇ ਰਿੰਕੂ ਖਰੇਟੀ ਜੋ ਇਹਨਾਂ ਨਾਲ ਸ਼ਗਰਪੁਰ ਦੀ ਜਾਂ ਕੋਈ ਵੀ ਟੀਮ ਵਿੱਚ ਖੇਡੇਗਾ ਤੇ ਸੀ ਦੋਸਤੋ ਅੱਜ ਦੀ ਵੀਡੀਓ ਤੇ ਕੁਝ ਕੁ ਪਲੇਅਰਾਂ ਬਾਰੇ ਜਾਣਕਾਰੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ